ਸਭ ਤੋਂ ਪਹਿਲਾਂ ਸਾਰਿਆਂ ਨੂੰ ਰਾਮ ਰਾਮ, ਸਤਿ ਸ੍ਰੀ ਅਕਾਲ। ਸੋ ਆਪਾਂ ਸਾਰਿਆਂ ਨੂੰ ਪਤਾ ਕਿ ਇਲੈਕਸ਼ਨ ਦਾ ਦੌਰ ਹੈ ਔਰ ਆਉਣ ਵਾਲੀ 1 ਤਰੀਕ ਨੂੰ ਆਪਾਂ ਸਾਰਿਆਂ ਨੇ ਵੋਟ ਦਾ ਇਸਤੇਮਾਲ ਕਰਨਾ ਔਰ ਇਹ ਵੋਟ ਪਾਉਣ ਦਾ ਅਧਿਕਾਰ ਮੈਂ ਸਮਝਦਾ ਕਿ ਬਹੁਤ ਔਖਾ ਸਾਡੇ ਬਜ਼ੁਰਗਾਂ ਨੇ ਲੜਾਈਆਂ ਲੜ ਕੇ, ਕੁਰਬਾਨੀਆਂ ਦੇ ਕੇ, ਸ਼ਹਾਦਤਾਂ ਦੇ ਕੇ ਇਹ ਵੋਟ ਪਾਉਣ ਦਾ ਅਧਿਕਾਰ ਆਪਾਂ ਨੂੰ ਲੈ ਕੇ ਦਿੱਤਾ। ਬਾਬਾ ਸਾਹਿਬ ਅੰਬੇਦਕਰ ਜੀ ਨੇ ਆਪਾਂ ਨੂੰ ਸੰਵਿਧਾਨ ਦਿੱਤਾ ਔਰ ਸੰਵਿਧਾਨ ਦੇ ਵਿੱਚ ਆਪਾਂ ਸਾਰਿਆਂ ਨੂੰ ਇੱਕ ਬਰਾਬਰ, ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ, ਸਾਰਿਆਂ ਦੀ ਵੋਟ ਦੀ ਜਿਹੜੀ ਕੀਮਤ ਹੈ ਉਹ ਬਰਾਬਰ ਹੈ। ਸੋ ਇਹ ਅਧਿਕਾਰ ਬੜਾ ਔਖਾ ਮਿਲਿਆ। ਸੋ ਮੈਂ ਸਮਝਦਾ ਕਿ ਜੇ ਆਪਾਂ ਵੋਟ ਦਾ ਇਸਤੇਮਾਲ ਕਰਨਾ ਬੜਾ ਸੋਚ ਸਮਝ ਕੇ, ਜੇ ਆਪਾਂ ਕਿਤੇ ਗਲਤੀ ਕਰ ਬੈਠੇ ਤਾਂ ਫਿਰ ਆਪਾਂ 5 ਸਾਲ ਪਿੱਛੇ ਚਲੇ ਜਾਵਾਂਗੇ। ਆ ਤੁਸੀਂ 2022 ਦੇ ਇਲੈਕਸ਼ਨ ਜਿਹੜੇ ਅਸੈਂਬਲੀ ਦੇ ਹੋਏ ਹੈ ਉਹਦੇ ਚ ਆਮ ਆਦਮੀ ਪਾਰਟੀ ਝਾੜੂ ਵਾਲੇ ਝੂਠ ਮਾਰ ਕੇ ਕਿ ਬੀਬੀਆਂ ਨੂੰ ਅਸੀਂ 1000 ਰੁਪਇਆ ਦੇਵਾਂਗੇ, ਕਰਪਸ਼ਨ ਫਰੀ ਪੰਜਾਬ ਕਰ ਦਿਆਂਗੇ, ਕਿਤੇ ਕਰਪਸ਼ਨ ਨਹੀਂ ਹੋਣੀ, ਪਿੰਡਾਂ ਦੇ ਵਿੱਚ ਡਿਵੈਲਪਮੈਂਟ ਕਰਾਂਗੇ, ਸਾਰੇ ਝੂਠ ਮਾਰ ਕੇ ਜਿਹੜਾ ਉਹਨਾਂ ਨੇ ਸਰਕਾਰ ਬਣਾਈ ਔਰ ਆਪਾਂ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ 92 MLA ਉਹਨਾਂ ਨੂੰ ਜਿਤਾ ਕੇ ਦੇ ਦਿੱਤੇ ਤੇ ਵਿੱਚੋਂ ਨਿਕਲਿਆ ਕਿ ਕੁਛ ਵੀ, ਉਲਟਾ ਹੋਰ ਜਿਹੜਾ ਪੰਜਾਬ ਦੇ ਹਾਲਾਤ ਮਾੜੇ ਹੋ ਗਏ। ਦਿਨ ਦਿਹਾੜੇ ਕਤਲ ਹੋ ਜਾਂਦਾ ਹੈ, ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਜਾਂਦੀਆਂ, ਚੋਰੀਆਂ ਹੁੰਦੀਆਂ ਔਰ ਲਾ ਐਂਡ ਆਰਡਰ ਦੇ ਹਾਲਾਤ ਬੜੇ ਮਾੜੇ ਆ। ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੋ, ਰੋਜ਼ ਤੁਸੀਂ TV ਵੇਖਦੇ ਹੋ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਮੋਬਾਈਲ ਤੇ ਤੁਸੀਂ ਖਬਰਾਂ ਸੁਣੀ ਜਾਂਦੇ ਹੋ। ਸੋ ਅੱਜ ਪੰਜਾਬ ਦੇ ਹਾਲਾਤ ਮਾੜੇ, ਇਹਨਾਂ ਨੇ 1000 ਰੁਪਇਆ ਬੀਬੀਆਂ ਨੂੰ ਤਾਂ ਕੀ ਦੇਣਾ ਸੀ, ਉਲਟਾ ਗਰੀਬਾਂ ਦੀਆਂ ਸ਼ਗਨ ਸਕੀਮਾਂ ਰੋਕ ਲਈਆਂ, ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋ ਕਿ ਇਹਨਾਂ ਕੋਲ ਪੈਸੇ ਹੈ ਨਹੀਂ, ਕਿਤੇ ਡਿਵੈਲਪਮੈਂਟ ਵਾਸਤੇ ਕਿਸੇ ਪਿੰਡ ਵੀ 1 ਰੁਪਇਆ ਨਹੀਂ ਆਇਆ। ਤੁਸੀਂ ਦੱਸੋ ਜੇ ਕਿ ਤੁਹਾਡੇ ਪਿੰਡ ਕੋਈ ਚੈੱਕ ਆਇਆ ਤਾਂ। ਜਿੰਨੇ ਪੈਸੇ ਪਿਛਲੀ ਸਰਕਾਰ ਵਿੱਚ ਪਿੰਡਾਂ ਦੇ ਵਿੱਚ ਆਏ ਮੈਂ ਸਮਝਾ ਕਦੇ ਨਹੀਂ ਆਏ, ਔਰ ਜਿੰਨੀ ਡਿਵੈਲਪਮੈਂਟ ਪਿਛਲੀ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੀ ਹੋਈ ਹੈ ਪਹਿਲਾਂ ਕਦੇ ਨਹੀਂ। ਪਰ ਚਲੋ ਇੱਕ ਹਨੇਰੀ ਸੀ, ਤੁਸੀਂ ਸਾਰੇ ਉਸ ਹਨੇਰੀ 'ਚ ਉਹਨਾਂ ਨੂੰ ਸਰਕਾਰ ਬਣਾ ਦਿੱਤੀ ਔਰ ਉਹਦਾ ਕਮਿਆਜਾ ਆਪਾਂ ਸਾਰੇ ਭੁਗਤ ਰਹੇ। ਸੋ ਇਸ ਲਈ ਮੇਰੀ ਬੇਨਤੀ ਹੈ ਕਿ ਵੋਟ ਜਿਹੜੀ ਹੈ ਬੜੀ ਸੋਚ ਸਮਝ ਕੇ ਪਾਉਣੀ ਹੈ। ਤੁਸੀਂ ਇਸ ਹਲਕੇ ਨੇ 5 ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਇੱਥੋਂ MP ਬਣਾਇਆ ਸੀ, ਸੋ ਉਦੋਂ ਵੀ ਆਪਾਂ ਮੈਂ ਸਮਝਦਾ ਬੜੀ ਵੱਡੀ ਗਲਤੀ ਕਰ ਬੈਠੇ। ਤੁਸੀਂ ਵੇਖਿਆ 5 ਸਾਲੋਂ ਕਦੇ ਉਹਨੇ ਆਪਣੇ ਦੁੱਖ ਸੁੱਖ ਤੇ ਤਾਣਾ ਵੀ ਆਪਣੇ ਪਿੰਡ ਵੀ ਨਹੀਂ ਇੱਥੇ ਆਇਆ ਹੋਣਾ, ਨਾ ਆਪਣੇ ਕਿਸੇ ਹਲਕੇ 'ਚ ਜਾਂ ਕਿਸੇ ਦੀ, ਉਹ ਕਦੇ ਕਿਸੇ ਨੇ ਉਹਨੇ ਸਾਰ ਨਹੀਂ ਲਈ। ਉਹ ਵੱਡਾ ਲੀਡਰ ਸੀ, ਵੋਟਾਂ ਲੈ ਕੇ ਤੇ ਉੱਧਰ ਹੀ ਚਲਾ ਗਿਆ, 5 ਸਾਲ ਉਹਨੇ ਸ਼ਕਲ ਹੀ ਨਹੀਂ ਵਿਖਾਈ ਕਿਸੇ ਨੇ। ਔਰ ਸ਼ਕਲ ਤੱਕ ਹੀ ਜਿਹੜਾ 25 ਕਰੋੜ MPLAD ਫੰਡ ਆਉਂਦਾ ਹਰ ਸਾਲ, 5 ਕਰੋੜ ਆਉਂਦਾ, ਉਹ ਵੀ ਮੈਂ ਸਮਝਦਾ ਕਿ ਤੁਹਾਡੇ ਪਿੰਡ 1 ਰੁਪਇਆ ਨਹੀਂ ਆਇਆ, ਕੋਈ ਗ੍ਰਾਂਟ ਨਹੀਂ ਆਈ, ਕੋਈ ਕੁਛ ਨਹੀਂ। ਉਹ ਅੱਗੇ ਮੈਂ ਹਰਪ੍ਰੀਤ ਨਾਲ ਗੱਲ ਕਰ ਰਿਹਾ ਸੀ ਵੀ ਸਰਦਾਰ ਸ਼ੇਰ ਸਿੰਘ ਘਬਾਇਆ ਜੀ ਦਾ ਸਾਹਮਣੇ ਨੀਂਹ ਪੱਥਰ ਲੱਗਿਆ। ਸੋ ਇੱਥੇ ਘਬਾਇਆ ਸਾਹਿਬ ਨੇ ਕੰਮ ਕੀਤੇ ਆ ਤੁਹਾਡੇ, ਜਦੋਂ ਵੀ ਕਿਤੇ ਲੋੜ ਪੈਂਦੀ ਸੀ ਉਹ ਹਮੇਸ਼ਾ ਤੁਹਾਡੇ ਨਾਲ ਖੜਦੇ ਸੀ। ਹੁਣ ਲੋੜ ਹੈ ਸੋਚ ਸਮਝ ਕੇ ਵੋਟ ਪਾਉਣ ਦੀ। ਘਬਾਇਆ ਸਾਹਿਬ ਤੁਹਾਡੇ ਵਰਗੇ ਪਰਿਵਾਰ ਚੋਂ ਹੈ, ਤੁਸੀਂ ਉਹਨਾਂ ਨੂੰ ਪਰਖਿਆ ਹੋਇਆ, ਜਦੋਂ ਮਰਜ਼ੀ ਆਵਾਜ਼ ਮਾਰੋ ਉਹ 24 ਘੰਟੇ ਹਾਜ਼ਰ ਹੈ, ਜਦੋਂ ਮਰਜ਼ੀ ਬਾਹੋਂ ਫੜ ਕੇ ਤੁਸੀਂ ਉਹਨਾਂ ਤੋਂ ਕੰਮ ਲੈ ਸਕਦੇ ਹੋ, ਜਦੋਂ ਮਰਜ਼ੀ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ, ਜਦੋਂ ਮਰਜ਼ੀ ਤੁਸੀਂ ਘਰੇ ਆ ਕੇ ਮਿਲ ਸਕਦੇ ਹੋ। ਜੇ ਤੁਹਾਡੀ ਕੋਈ ਗੱਲ ਦਿੱਲੀ ਸਰਕਾਰ ਤੱਕ ਪਹੁੰਚਾਉਣੀ ਹੈ ਜਾਂ ਪਾਰਲੀਮੈਂਟ 'ਚ ਕੋਈ ਮੁੱਦਾ ਚੱਕਣਾ ਹੈ, ਤੁਸੀਂ ਸਿੱਧਾ ਜਾ ਕੇ ਗੱਲ ਕਰਕੇ ਉਹਨਾਂ ਨੂੰ ਦੱਸ ਸਕਦੇ ਹੋ। 10 ਸਾਲ ਉਹ MP ਰਹੇ, ਮੈਂ ਨਹੀਂ ਸਮਝਦਾ ਕੋਈ ਸੈਸ਼ਨ ਜਾਂ ਮੀਟਿੰਗ ਕੋਈ ਖਾਲੀ ਗਈ ਹੋਵੇ ਕਿ ਉਹਨਾਂ ਨੇ ਆਪਣੇ ਲੋਕ ਸਭਾ ਹਲਕੇ ਦੀ, ਆਪਣੇ ਲੋਕਾਂ ਦੀ ਔਰ ਪੰਜਾਬ ਦੀ ਗੱਲ ਪਾਰਲੀਮੈਂਟ ਦੇ ਵਿੱਚ ਨਾ ਕੀਤੀ ਹੋਵੇ। ਸੋ ਆਪਣੇ ਵਰਗੇ ਆਪਾਂ ਇਹੋ ਜਿਹੇ MP ਆਪਾਂ ਨੂੰ ਚਾਹੀਦੇ। ਸੋ ਸਾਡਾ ਸਾਰਾ ਪਰਿਵਾਰ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ।
ਔਰ ਬੀਜੇਪੀ ਵਾਲਿਆਂ ਦਾ ਤੁਹਾਨੂੰ ਦੱਸਿਆ ਹੀ ਹੈ, ਬਾਗਲਾ ਸਾਹਿਬ ਨੇ, ਹਰਪ੍ਰੀਤ ਜੀ ਨੇ, 10 ਸਾਲ ਪਹਿਲਾਂ ਮੋਦੀ ਜਦੋਂ ਆਇਆ ਸੀ ਉਹ ਕਹਿੰਦਾ ਸੀ ਅੱਛੇ ਦਿਨ ਆਏ, 15-15 ਲੱਖ ਰੁਪਇਆ ਸਾਰਿਆਂ ਦੇ ਖਾਤੇ ਚ ਪਾਵਾਂਗੇ। ਤੁਹਾਡੇ ਆਇਆ ਕਿਸੇ ਦੇ 15 ਲੱਖ ਰੁਪਇਆ? 15 ਰੁਪਈਏ ਨਹੀਂ ਆਏ ਉਹ, ਸੋ ਉਲਟਾ ਤੁਹਾਡੀਆਂ ਜੇਬਾਂ ਚੋਂ ਕੱਢੇ ਉਹਨਾਂ ਨੇ ਰੁਪਈਏ। ਉਹ ਕਿਵੇਂ ਕੱਢਿਆ? ਸਿਲੰਡਰ ਪਹਿਲਾਂ ਸੀਗਾ 350 ਰੁਪਏ, ਅੱਜ ਜਿਹੜਾ 1000 ਰੁਪਏ ਦੇ ਕਰੀਬ, 1000 ਰੁਪਏ ਦੇ ਕਰੀਬ ਹੈ। ਤੇ ਪੈਟਰੋਲ ਡੀਜ਼ਲ ਦਾ ਰੇਟ ਜਿਹੜਾ ਤੁਸੀਂ ਵੇਖ ਲਓ ਉਦੋਂ ਕੀ ਸੀ ਤੇ ਅੱਜ